ਦਲਜੀਤ ਭਾਅ ਜੀ ਦਾ ਮਤਲਬ ਜਾਣੀ ਹੁਣ ਹਰ ਬੰਦਾ ਹੀ ਆਪਣੀ ਲਾਈਫ ਦੇ ਮੈਨੂੰ ਲੱਗਦਾ ਕਿ ਜਿਹੜਾ ਪ੍ਰੋਫੈਸ਼ਨਲ ਲਾਈਫ ਉਹ ਇੰਨੀ ਬਿਜ਼ੀ ਹੁੰਦੀ ਆ ਉਹ ਆਪਣੇ ਆਪ 'ਤੇ ਵੀ ਵਰਕ ਮਤਲਬ ਮੈਨੂੰ ਲੱਗਦਾ ਕਿ ਹਾਂ ਸਾਡੀ ਗੱਲ ਹੋਈ ਆ ਜੀ ਮੈਂ ਦੋ ਵਾਰੀ ਗੈਸਟ ਵੀ ਬਣ ਗਈ ਹਾਂ ਰਾਈਜ਼ਿੰਗ ਸਟਾਰ 'ਤੇ ਭਾਅ ਜੀ ਨੇ ਵੀ ਪੁੱਛਿਆ ਕਿ ਕਿੱਦਾਂ ਚੱਲਦਾ ਪਰ ਉਹ ਉਸ ਟਾਈਮ ਉਹਨਾਂ ਨਾਲ ਤਾਂ ਕੋਈ ਇੱਦਾਂ ਦਾ ਹੈ ਨਹੀਂ ਸੀਗਾ ਪਰ ਐਗਰੀਮੈਂਟ ਤਾਂ ਕਿਸੇ ਕੰਪਨੀ ਨਾਲ ਸੀ ਨਾ ਉਹ ਪਹਿਲਾਂ ਕਲੀਅਰ ਕਰਨਾ ਪੈਣਾ ਸੀ ਐਗਰੀਮੈਂਟ ਹੀ ਕਲੀਅਰ ਕਿਉਂਕਿ ਐਗਰੀਮੈਂਟ ਇੱਦਾਂ ਦੀਆਂ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਮੈਂ 32 ਪੇਜਾਂ ਦਾ ਮਤਲਬ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਜਿਹਦੇ ਵਿੱਚ 2 ਕਰੋੜ ਦਾ ਜੁਰਮਾਨਾ ਹੀ ਹੁੰਦਾ ਜ਼ਾਲਮਾ ਵੇ ਤੂੰ ਸੱਚੀ ਕਿੰਨਾ ਬਦਲ ਗਿਆ ਤੂੰ ਸੱਚੀ ਕਿੰਨਾ ਬਦਲ ਗਿਆ ਮੈਂ ਤੇਰੀ ਕੀ ਲੱਗਦੀ ਆ ਵੇ ਇਹ ਤੈਨੂੰ ਯਾਦ ਹੀ ਨਹੀਂ ਰਹਿੰਦਾ ਤੇਰੇ ਤੇ ਮੇਰੇ ਵਿੱਚ ਯਾਰਾ ਕਿੰਨਾ ਫਰਕ ਪੈ ਗਿਆ ਏ ਤੈਨੂੰ ਮੇਰੇ ਹੋਣ ਜਾਂ ਨਾ ਹੋਣ ਦਾ ਕੋਈ ਫਰਕ ਹੀ ਨਹੀਂ ਪੈਂਦਾ ਇੰਨੀ ਬਿਜ਼ੀ ਲਾਈਫ ਕਰ ਲਈ ਲੋਕਾਂ ਨੇ ਇੰਨੀ ਫਾਸਟ ਕਰ ਲਈ ਕਿ ਉਹਨਾਂ ਨੂੰ ਇਹ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਕਿ ਕੋਈ ਐਗਜ਼ਿਸਟ ਕਰ ਰਿਹਾ ਤੇਰੇ ਤੇ ਮੇਰੇ ਵਿੱਚ ਯਾਰਾ ਕਿੰਨਾ ਫਰਕ ਪੈ ਗਿਆ ਏ ਤੈਨੂੰ ਮੇਰੇ ਹੋਣ ਜਾਂ ਨਾ ਹੋਣ ਦਾ ਕੋਈ ਫਰਕ ਹੀ ਨਹੀਂ ਪੈਂਦਾ ਪਹਿਲਾਂ ਤਾਂ ਜੀ ਮੈਂ ਇਹ ਦੱਸਣਾ ਚਾਹੂੰਗਾ 2 ਸਾਲ ਬਹੁਤ ਔਖੇ ਗੁਜ਼ਰੇ ਮੈਂ ਇੱਕ ਕੰਟਰੈਕਟ ਦੇ ਵਿੱਚ ਸੀ ਅਤੇ ਉਹਨਾਂ ਨੇ ਚਲੋ ਡੀਲਸ ਹੁੰਦੀਆਂ ਹਰ ਲੈਣੀ ਦੇਣੀ ਮਤਲਬ ਕਹਿ ਸਕਦੇ ਨਾ ਜਦੋਂ ਆਰਟਿਸਟ ਨੂੰ ਬਾਊਂਡ ਕਰ ਦਿੰਦਾ ਉਹਦਾ ਆਰਟ ਬਾਊਂਡ ਹੋ ਜਾਂਦਾ ਬਾਊਂਡੇਸ਼ਨ ਬਹੁਤ ਗੰਦੀ ਚੀਜ਼ ਵੀ ਔਰ ਚੰਗੀ ਚੀਜ਼ ਵੀ ਅਗਰ ਤੁਹਾਡੇ ਨਾਲ ਸਹੀ ਕੰਪਨੀ ਬੈਠ ਜਾਏ ਹੈ ਨਾ ਅਤੇ ਉਹ ਬਹੁਤ ਗੰਦਾ ਫੇਸ ਕੀਤਾ ਦਿਲ ਦੀਆਂ ਗੱਲਾਂ ਕਰਾਂਗੇ ਨਾਲ ਨਾਲ ਬਹਿ ਕੇ ਅੱਖ ਨਾਲੇ ਅੱਖ ਨੂੰ ਮਿਲਾ ਕੇ ਦਿਲ ਦੀਆਂ ਗੱਲਾਂ ਕਰਾਂਗੇ ਰੋਜ਼ ਰੋਜ਼ ਬਹਿ ਕੇ ਸੱਚੀਆਂ ਮੁਹੱਬਤਾਂ ਨਿਭਾ ਕੇ ਜਦੋਂ ਤੁਸੀਂ ਨਾ ਬਾਊਂਡੇਸ਼ਨ ਚਲ ਜਾਂਦੇ ਹੋ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਕੰਪਨੀ 'ਤੇ ਡਿਪੈਂਡ ਹੋ ਜਾਂਦੀਆਂ ਨੇ ਗਾਣਾ ਦੀ ਸਿਲੈਕਸ਼ਨ ਤੁਹਾਡੇ 4 ਹੈੱਡ ਉੱਤੇ ਹੁੰਦੇ ਨੇ ਤੁਸੀਂ ਇੱਕ ਜਣੇ ਨੂੰ ਪਸੰਦ ਆਉਂਦਾ ਦੂਜੇ ਜਣੇ ਨੂੰ ਪਸੰਦ ਨਹੀਂ ਆਉਂਦਾ ਗਾਣਾ ਅਤੇ ਇਹ ਚੀਜ਼ਾਂ ਬਹੁਤ ਸਾਰੀਆਂ ਫੇਸ ਕਰਨੀਆਂ ਪੈਂਦੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਿਲਮੀ ਮਹਿਮਾਨ ਅਤੇ ਨੀਰੂ ਬਿਜਲਵਾਨ ਅਤੇ ਅੱਜ ਜਿਸ ਜੋ ਦੋਸਾਂਝ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਵਾਲੀ ਤੁਹਾਨੂੰ ਦੱਸ ਦਈਏ ਕਿ 2017 ਦੇ ਵਿੱਚ ਇਹਨਾਂ ਨੇ ਟੀ ਵੀ ਰਿਐਲਿਟੀ ਸ਼ੋਅ ਜਿੱਤਿਆ ਸੀ ਅਤੇ ਬੈਨਟ ਦੋਸਾਂਝ ਜੀ ਦਾ ਨਾਂ ਹੈ ਲੇਕਿਨ ਦੋਸਾਂਝ ਇਸ ਵਾਸਤੇ ਕਹਿੰਦੇ ਕਿ ਦੋਸਾਂਝ ਕਿੰਨਾ ਜ਼ਬਰਦਸਤ ਹੈਗਾ ਕਿ 21 ਪਿੰਡ ਤੋਂ 2 ਦੋਸਾਂਝ ਹੈਗੇ ਹੈ ਇੱਕ ਦਿਲਜੀਤ ਅਤੇ ਇੱਕ ਬੈਨਟ ਬਹੁਤ ਮਾਣ ਹੁੰਦਾ ਜੀ ਕਿਉਂਕਿ ਸਾਨੂੰ ਮੇਰਾ ਪਿੰਡ ਦੋਸਾਂਝ ਕਲਾਂ ਔਰ ਇਹੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਮੈਂ ਉੱਥੇ ਪੈਦਾ ਹੋਇਆ ਅਤੇ ਔਰ ਆਲਰੇਡੀ ਇਸਟੈਬਲਿਸ਼ ਪਿੰਡ ਆ ਸਾਡਾ ਅਤੇ ਬਹੁਤ ਸਾਰੇ ਨੋਨ ਜਿਹੜੇ ਚਿਹਰੇ ਆ ਉੱਥੋਂ ਪੈਦਾ ਹੋਏ ਨੇ ਦਲਜੀਤ ਭਾਅ ਜੀ ਉਹਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਵਰਲਡ 'ਚ ਨਾਮ ਕੀਤਾ ਸਾਰੇ ਪਿੰਡ ਦਾ ਨਾ ਅਤੇ ਕੈਨੇਡਾ ਦੇ ਮੰਤਰੀ ਨੇ ਉਜਲ ਦੋਸਾਂਝ ਜੀ ਅਤੇ ਹੋਰ ਵੀ ਸਾਰੇ ਸਪੋਰਟਸਮੈਨ ਬਹੁਤ ਸਾਰੇ ਮਤਲਬ ਜਾਣੀ ਕਿ ਉੱਥੋਂ ਮੈਨੂੰ ਲੱਗਦਾ ਕਿ ਨਾਮਵਰ ਜਿਹੜੇ ਸ਼ਖਸੀਅਤਾਂ ਹੋਈਆਂ ਨੇ ਅਤੇ ਮੈਨੂੰ ਇਹੀ ਬਹੁਤ ਹੈ ਕਿ ਮੈਂ ਉੱਥੇ ਪੈਦਾ ਹੋਇਆ ਅਤੇ ਇਹੀ ਬਹੁਤ ਮਾਣ ਦੀ ਗੱਲ ਹੈ ਹਾਂਜੀ ਕਿਉਂਕਿ ਜਦ 2017 ਦੀ ਗੱਲ ਕਰਦੇ ਹਾਂ ਟੀ ਵੀ ਸੁਪਰ ਸਟਾਰ ਰਹੇ ਤੁਸੀਂ ਗਾਇਕੀ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਂ ਬਣਿਆ ਲੇਕਿਨ ਕਰੋਨਾ ਜਦ ਆਇਆ ਬਹੁਤ ਸਾਰੇ ਟੀ ਵੀ ਸ਼ੋਜ਼ ਬੰਦ ਹੋ ਗਏ ਰਿਐਲਿਟੀ ਸ਼ੋਅ ਬੰਦ ਹੋ ਗਏ ਬਹੁਤ ਸਾਰੀ ਚੀਜ਼ਾਂ ਅਜਿਹੀਆਂ ਹੋਈਆਂ ਜੇ ਬੰਦੇ ਸੋਚ ਨਹੀਂ ਸਕਦੇ ਸੀ ਹਰ ਕੁਛ ਰੁਕ ਗਿਆ ਸਭ ਤੋਂ ਜ਼ਿਆਦਾ ਨੁਕਸਾਨ ਕਹਿੰਦੇ ਨੇ ਜਿਸ ਇੰਡਸਟਰੀ ਦਾ ਹੋਇਆ ਹੈ ਉਹ ਹੈ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਹਾਂਜੀ ਮਤਲਬ ਫਰਕ ਤਾਂ ਹਰ ਇੱਕ ਖੇਤਰ ਦੇ ਵਿੱਚ ਹੀ ਪਿਆ ਜੀ ਕਿਉਂਕਿ ਲੋਕਡਾਊਨ ਤਾਂ ਸਾਰਿਆਂ ਨੂੰ ਇੱਕੋ ਜਿਹਾ ਲੱਗਾ ਪਰ ਇੱਦਾਂ ਹੈ ਕਿ ਥੋੜ੍ਹਾ ਜਿਹਾ ਇੰਟਰਟੇਨਮੈਂਟ ਦੇ ਜਿਹੜੇ ਸਾਡੇ ਜ਼ਿਆਦਾ ਜਿਹੜਾ ਇਨਕਮ ਸੋਰਸ ਆ ਸਾਡਾ ਸਾਰਾ ਇੰਟਰਟੇਨਮੈਂਟ ਤੋਂ ਹੀ ਆਉਂਦਾ ਹੈ ਨਾ ਅਤੇ ਉਹਦੇ ਵਿੱਚ ਗੈਦਰਿੰਗਸ ਜ਼ਿਆਦਾ ਹੁੰਦੀਆਂ ਨੇ ਹੈ ਨਾ ਅਤੇ ਸ਼ੋਜ਼ ਬੰਦ ਹੋ ਗਏ ਪ੍ਰੋਪਰ ਅਤੇ ਵਰਚੁਅਲ ਸ਼ੋਜ਼ ਇੰਨੇ ਹੁੰਦੇ ਨਹੀਂ ਹੈ ਕਿਉਂਕਿ ਇੰਨਾ ਉਹ ਕੰਟੈਕਟ ਨਹੀਂ ਹੋ ਪਾਉਂਦਾ ਹੈ ਨਾ ਲੋਕਾਂ ਦੇ ਨਾਲ ਅਤੇ 2 'ਤੇ ਜਿਹੜੇ ਗਾਣੇ ਦੀ ਸ਼ੂਟਿੰਗਾਂ ਹੁੰਦੀਆਂ ਉੱਥੇ ਵੀ ਕਰਾਊਡ ਹੀ ਹੁੰਦਾ ਅਤੇ ਉੱਥੇ ਵੀ ਉਹ ਵੀ ਬੰਦ ਹੋ ਗਏ ਅਤੇ ਉਹ ਥੋੜ੍ਹੀ ਦੇਰ ਬਾਅਦ ਖੁੱਲ੍ਹੇ ਮਤਲਬ ਜਾਣੀ ਕਿ ਸਾਰਾ ਹੁੰਦਾ ਤਾਂ ਹੈ ਪਰ ਹੌਲੀ ਹੌਲੀ ਕਰਕੇ ਜਿੱਦਾਂ ਓਪਨ ਹੁੰਦਾ ਗਿਆ ਅਤੇ ਈਜ਼ੀ ਹੁੰਦੀਆਂ ਰਹੀਆਂ ਚੀਜ਼ਾਂ ਪਹਿਲਾਂ ਤਾਂ ਡਰ ਬਹੁਤ ਸੀ ਹੁਣ ਤਾਂ ਡਰ ਘੱਟ ਹੈ ਪਰ ਹੁਣ ਕਰੋਨਾ ਜ਼ਿਆਦਾ ਪਹਿਲਾਂ ਕਰੋਨਾ ਜ਼ਿਆਦਾ ਸੀ ਕਰੋਨਾ ਘੱਟ ਸੀ ਫਿਰ ਡਰ ਜ਼ਿਆਦਾ ਸੀ ਹੈ ਨਾ ਅਤੇ ਇਹ ਚੀਜ਼ਾਂ ਮਤਲਬ ਹਰ ਖੇਤਰ ਦੇ ਹੋਈਆਂ ਨੇ ਪਰ ਮੈਨੂੰ ਲੱਗਦਾ ਕਿ ਸਾਡੀ ਇੰਡਸਟਰੀ ਨੂੰ ਥੋੜ੍ਹਾ ਜ਼ਿਆਦਾ ਫਰਕ ਪਿਆ ਕਿਉਂਕਿ ਇੰਟਰਟੇਨਮੈਂਟ ਦਾ ਜਿਹੜਾ ਸਾਧਨ ਆ ਉਹ ਸਾਰਾ ਗੈਦਰਿੰਗ ਵਾਲਾ ਹੈ ਕਿ ਮਤਲਬ ਜਿੱਥੇ ਸ਼ਾਦੀ ਵਿਆਹ ਸ਼ਾਦੀ ਹੋ ਗਈ ਜਾਂ ਕੋਈ ਮੇਲੇ ਹੋ ਗਏ ਜਾਂ ਜਿਹੜੇ ਵੀ ਸ਼ੋਅ ਲੱਗਦੇ ਨੇ ਉਹਦੇ ਉੱਤੇ ਸਾਰੀ ਆਡੀਅੰਸ ਚਾਹੀਦੀ ਆ
ਤੇ ਪਬਲਿਕ ਗੈਦਰਿੰਗ ਅੱਜ ਤੱਕ ਤਾਂ ਮਨਾ ਹੀ ਹਾਲੇ ਤੱਕ ਤੇ ਬਾਕੀ ਦੇਖਦੇ ਹਾਂ ਕਰੋਨਾ 'ਚ ਕਿੱਦਾਂ ਚੱਲਦਾ ਜੀ। ਮੈਂ ਦੇਖਿਆ ਪੂਰੇ ਲੋਕਡਾਊਨ ਦੇ ਵਿਚਕਾਰ ਤੇ ਹੁਣੇ ਵੀ ਤੁਸੀਂ ਬਹੁਤ ਸਾਰੇ ਕਵਰ ਸੌਂਗਸ ਗਾਏ, ਹਿੰਦੀ ਵੀ ਪੰਜਾਬੀ ਵੀ। ਆਈ ਥਿੰਕ ਇੱਕ ਅਜਿਹਾ ਉਹ ਸੀਗਾ ਕਿ ਬੰਦਾ ਹਰ ਕੁਛ ਟਰਾਈ ਕਰ ਰਿਹਾ ਸੀ ਕਿ ਮੈਂ ਕੀ ਕੁਛ ਕਰ ਸਕਦਾ। ਬੈਨਟ ਦੁਸਾਂਝ, ਇੱਕ ਤਾਂ ਇਹਨਾਂ ਨੇ ਵੇਟ ਬਹੁਤ ਪੁੱਟ ਔਨ ਨਹੀਂ ਕੀਤਾ ਤੇ ਬਹੁਤ ਘਟਾ ਲਿਆ, ਤੇ ਇਹਨਾਂ ਨੇ ਇਹ ਡਿਸ਼ਿਜ਼ ਵੀ ਦੱਸੀਆਂ ਨੇ ਕਿਸ ਟਾਈਮ ਤੇ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ। ਹੁਣ ਡਾਈਟ ਕੌਨਸ਼ੀਅਸ ਵੀ ਬਹੁਤ ਹੋ ਗਏ। ਬਿਲਕੁਲ ਜੀ, ਫਿੱਟ ਰਹਿਣਾ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ, ਸਿਹਤ ਪਹਿਲਾਂ ਜ਼ਰੂਰੀ ਹੈ ਸਭ ਤੋਂ ਪਹਿਲਾਂ। ਅਗਰ ਸਿਹਤ ਤੁਹਾਡੀ ਵਧੀਆ ਤਾਂ ਤੁਸੀਂ ਕੋਈ ਵੀ ਕੰਮ ਵਧੀਆ ਕਰ ਸਕਦੇ ਹੋ ਨਾ, ਤੇ ਔਨ ਕੈਮਰਾ ਰਹਿਣਾ ਪੈਂਦਾ ਤੇ ਥੋੜ੍ਹਾ ਜਿਹਾ ਹੋਰ ਕੌਨਸ਼ੀਅਸ ਹੋ ਜਾਂਦਾ ਬੰਦਾ ਕਿ ਨਹੀਂ ਥੋੜ੍ਹਾ ਜਿਹਾ ਫੈਟ ਘੱਟ ਕਰਨੀ ਹੈ ਜਾਂ ਉੱਦਾਂ ਨਾ ਉਹ ਸਿਸਟਮ। ਫਿਰ ਜਿਮਿੰਗ ਵਗੈਰਾ ਫਿਰ ਆਪ ਬਣਾਇਆ ਲੋਕਡਾਊਨ 'ਚ, ਮੈਂ ਇਕੱਲਾ ਰਿਹਾ, ਮੈਨੂੰ ਲੱਗਦਾ 6-7 ਮਹੀਨੇ ਮੈਂ ਇਕੱਲੇ ਰਿਹਾ ਇੱਕ ਫਲੈਟ ਦੇ ਵਿੱਚ ਅਤੇ ਮੋਹਾਲੀ ਦੇ ਵਿੱਚ, ਕਿਉਂਕਿ ਮੈਂ ਫਸ ਗਿਆ ਸੀ ਆਲਰੇਡੀ ਇੱਥੇ ਅਤੇ ਮੇਰੇ ਸਾਰੇ ਦੋਸਤ ਚਲੇ ਗਏ ਸੀ ਅਤੇ ਮੈਂ ਰਹਿ ਗਿਆ ਸੀ ਇਕੱਲਾ। ਅਤੇ ਜਦੋਂ ਲੋਕਡਾਊਨ ਲੱਗਾ ਫਿਰ ਉਸ ਤੋਂ ਬਾਅਦ ਜਾ ਹੀ ਨਹੀਂ ਹੋਇਆ, ਔਰ ਉਹ ਫਾਇਦਾ ਇਸ ਚੱਕਰ 'ਚ ਹੋਇਆ ਕਿ ਮੈਂ ਇਕੱਲਾ ਰਿਹਾ ਅਤੇ ਮੈਂ ਸਿੱਖਿਆ ਬਹੁਤ ਕੁਛ, ਮਿਊਜ਼ਿਕ ਪ੍ਰੋਡਕਸ਼ਨ ਸਿੱਖਿਆ ਮੈਂ ਔਨਲਾਈਨ ਸਾਰਾ, ਅਤੇ ਉਹ ਘਰੇ ਕੰਮ ਕੀਤਾ, ਫਿਰ ਕਵਰਸ ਬਣਾਉਣੇ ਸ਼ੁਰੂ ਕੀਤੇ ਕਿਉਂਕਿ ਆਲਰੇਡੀ ਉੱਥੇ ਸ਼ੂਟਿੰਗ ਤਾਂ ਹੋਰ ਕੋਈ ਹੋਣੀ ਨਹੀਂ ਸੀ ਜਾਂ ਅਫੀਸ਼ੀਅਲ ਗਾਣਾ ਤਾਂ ਆ ਨਹੀਂ ਸਕਦਾ ਸੀ, ਅਤੇ ਇਸ ਕਰਕੇ ਬਹੁਤ ਬੈਨੀਫਿਟ ਵੀ ਰਿਹਾ ਲੋਕਡਾਊਨ ਦਾ। ਕਈਆਂ ਨੂੰ ਟਾਈਮ ਮਿਲਿਆ ਫੈਮਿਲੀ ਦੇ ਨਾਲ, ਬਹੁਤ ਵਧੀਆ ਗੱਲ ਆ ਕਿ ਆਪਾਂ ਜਦੋਂ ਫੈਮਿਲੀ ਨਾਲ ਟਾਈਮ ਸਪੈਂਡ ਕਰਦੇ ਹਾਂ ਕਈ ਚੀਜ਼ਾਂ ਭੱਜ ਦੌੜ ਦੇ ਵਿੱਚ ਆਪਾਂ ਭੁੱਲ ਜਾਂਦੇ ਹਾਂ, ਰਿਸ਼ਤੇਦਾਰੀਆਂ ਭੁੱਲ ਜਾਂਦਾ ਬੰਦਾ, ਸਾਰਾ ਕੁਝ ਯਾਦ ਆਇਆ ਅਤੇ ਘਰ ਦਾ ਮਾਹੌਲ ਜਾਣੀ ਕਿ ਮੈਨੂੰ ਲੱਗਦਾ ਕਿ ਚੇਂਜ ਹੋਇਆ ਕਈਆਂ ਦਾ, ਅਤੇ ਬਹੁਤ ਵਧੀਆ ਗੱਲ ਆ। ਲੋਕਡਾਊਨ ਨੇ ਬਹੁਤ ਵਧੀਆ ਚੀਜ਼ਾਂ ਸਹੀ ਵੀ ਕੀਤੀਆਂ, ਵਾਤਾਵਰਨ ਵਧੀਆ ਹੋ ਗਿਆ ਸੀ, ਹੈ ਨਾ, ਤੁਸੀਂ ਆਪ ਦੇਖਿਆ, ਅਤੇ ਕਲਾਈਮੈਕਸ ਜਿਹੜਾ ਚੇਂਜ ਹੋ ਰਿਹਾ ਮਤਲਬ ਕਲਾਈਮੇਟ, ਅਤੇ ਉਹਨੂੰ ਮਤਲਬ ਕਿੰਨਾ ਇਫੈਕਟ ਪਿਆ ਇਸ ਲੋਕਡਾਊਨ ਕਰਕੇ, ਇਹ ਆਪਾਂ ਸਾਰਿਆਂ ਨੇ ਦੇਖਿਆ, ਅਤੇ ਪੋਜ਼ਿਟਿਵ ਵੀ ਨੇ ਅਤੇ ਨੈਗੇਟਿਵ ਵੀ ਤਾਂ ਇਹ ਗੱਲ ਨੇ ਕਿ ਮੌਤਾਂ ਹੋ ਰਹੀਆਂ ਨੇ, ਇੰਨੀ ਬਿਮਾਰੀ ਫੈਲੀ ਹੈ, ਅਤੇ ਦੋਨੇ ਚੀਜ਼ਾਂ ਨੇ। ਹਾਂਜੀ, ਚਲੋ ਇੱਕ ਗੱਲ ਤਾਂ ਹੈਗੀ ਹੈ, ਕਰੋਨਾ ਨੇ ਇਹ ਸਿਖਾ ਦਿੱਤਾ ਕਿ ਕੌਣ ਆਪਣਾ ਕੌਣ ਪਰਾਇਆ। ਇਹ ਤਾਂ ਹਾਂਜੀ, ਹਾਂਜੀ, ਇਹ ਮਤਲਬ ਚੀਜ਼ ਬਿਲਕੁਲ ਮੈਨੂੰ ਲੱਗਦਾ ਬੈਨੀਫਿਟ ਦਊਗੀ ਸਾਰਿਆਂ ਨੂੰ ਕਿ ਆਪਾਂ ਨੂੰ ਜਦੋਂ ਮਾੜਾ ਟਾਈਮ ਆਉਂਦਾ, ਸਾਰਿਆਂ 'ਤੇ ਮਾੜਾ ਟਾਈਮ ਹੈ, ਇਕੱਲੇ ਇੱਕ 'ਤੇ ਬੰਦੇ 'ਤੇ ਨਹੀਂ, ਸਾਰਿਆਂ 'ਤੇ ਇੱਕ ਮਤਲਬ ਯਾਨੀ ਕਿ ਇਹ ਜਿਹੜਾ ਕ੍ਰਾਈਸਿਸ ਆਇਆ ਬੜਾ ਭਾਰੀ ਪਿਆ ਸਾਰਿਆਂ 'ਤੇ, ਔਰ ਸਾਰਿਆਂ ਨੂੰ ਪਤਾ ਵੀ ਲੱਗ ਗਿਆ ਕਿ ਕੌਣ ਨਾਲ ਖੜਦਾ, ਹੈ ਨਾ, ਅਤੇ ਔਰ ਇਹ ਚੀਜ਼ ਵਧੀਆ ਵੀ ਹੈ ਕਿ ਲੋਕਾਂ ਨੂੰ ਪਤਾ ਲੱਗਾ ਕਿ ਕੰਮ ਕਾਰ ਛੱਡ ਕੇ ਵੀ ਬਾਕੀ ਚੀਜ਼ਾਂ ਵੀ ਹੁੰਦੀਆਂ ਨੇ, ਹੈ ਨਾ, ਮੋਰਲ ਵੈਲਿਊਜ਼ ਜਿਹੜੀਆਂ ਸੀਗੀਆਂ ਉਹ ਸਾਰੇ ਭੁੱਲ ਗਏ ਸੀ, ਨਿਆਣੇ ਵੀ ਬੱਚੇ ਘਰ ਨਹੀਂ ਰਹਿੰਦੇ ਸੀ, ਸਾਰਾ PC ਜਾਂ ਕੰਪਿਊਟਰ 'ਤੇ ਸਾਰਾ ਕੁਛ, ਹੈ ਨਾ, ਅਤੇ ਆਲਰੇਡੀ ਫੈਮਿਲੀ ਨਾਲ ਟਾਈਮ ਸਪੈਂਡ ਕਰਨ ਨਾਲ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਵਾਪਸ ਆਈਆਂ ਨੇ। ਹਾਂਜੀ, ਜਦ ਤੁਸੀਂ ਇਕੱਲੇ ਰਹੇ 5-6 ਮਹੀਨੇ ਤਾਂ ਕਿਹੜਾ ਗੀਤ ਸਭ ਤੋਂ ਜ਼ਿਆਦਾ ਗੁਣਗੁਣਾਇਆ? ਮੈਨੂੰ ਲੱਗਦਾ ਜੀ ਮੈਂ ਸਾਰੇ ਹੀ ਟਰਾਈ ਕੀਤੇ, ਬੇਸਿਕਲੀ ਜਿਹੜੇ ਮੈਂ ਪਹਿਲਾਂ ਰਾਈਜ਼ਿੰਗ ਸਟਾਰ 'ਚ ਗਿਆ ਸੀ, ਮੈਂ ਉਹ ਗਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਤਰੋਤਾਜ਼ਾ ਕਰੀਏ ਕਿ ਉਹ ਯਾਦਾਂ ਜਿਹੜੀਆਂ ਜੁੜੀਆਂ ਹੁੰਦੀਆਂ ਨੇ ਆਪਣੀਆਂ, ਹੈ ਨਾ, ਅਤੇ ਉਹ ਮੈਂ ਬਹੁਤ ਗਾਣੇ ਗਾਏ। ਫਿਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਜਿਹੜੇ ਉਸਤਾਦ ਜੀ, ਉਹਨਾਂ ਦੇ ਤਾਂ ਗਾਣੇ ਮਤਲਬ ਹਮੇਸ਼ਾ ਜਿਹੜੇ ਅਮਰ ਗਾਣੇ ਨੇ, ਉਹਨਾਂ ਨੂੰ ਦੁਬਾਰੋ ਯਾਨੀ ਕਿ ਜਿਹੜੇ ਚੀਜ਼ਾਂ ਮੈਂ ਕਲਾਸੀਕਲ ਸਿੱਖਦਾ ਸੀ ਪਹਿਲਾਂ, ਉਹ ਬੰਦਿਸ਼ਾਂ ਨੂੰ ਤਿਆਰ ਕੀਤਾ, ਜਿਹੜਾ ਮਤਲਬ ਮੁੱਲਾ ਦਾ ਸਿਲੇਬਸ ਸੀਗਾ ਸਾਡਾ, ਕਈ ਵਾਰ ਚੀਜ਼ਾਂ ਭੁੱਲ ਜਾਂਦੀਆਂ ਨੇ ਪੁਰਾਣੀਆਂ, ਅਤੇ ਉਹ ਮੈਂ ਦੁਬਾਰੋ ਉਹਨਾਂ ਨੂੰ ਤਿਆਰ ਕੀਤਾ। ਜੀ, ਸਿਲੇਬਸ ਦੀ ਹੋ ਜਾਏ ਛੋਟੀ ਜਿਹੀ ਪੇਸ਼ਕਸ਼। ਸਿਲੇਬਸ ਦੀ ਮੈਂ ਥੋੜ੍ਹਾ ਕਲਾਸੀਕਲ ਆ, ਕਰਮ ਕਰਤਾਰ ਕੀ ਜੋ ਮੂੰਹ ਪੇ ਆਜ, ਕਰਮ ਕਰਤਾਰ ਕੀ ਜੋ ਮੂੰਹ ਪੇ ਆਜ, ਬੇਨਤੀ ਮੋਰੀ ਸੁਣ ਲੋ ਗਰੀਬ ਨਵਾਜ, ਕਰਮ ਕਰਤਾਰ ਕੀ ਜੋ ਮੂੰਹ ਪੇ ਆਜ। ਇਹ ਰਾਗ ਜੋਗ ਦੀ ਬੰਦਿਸ਼ ਮਤਲਬ ਉਹਦੀ ਸੀ। ਮੈਂ ਤਾਂ ਸਿਰਫ ਬੰਦਿਸ਼ਾਂ ਫਿਲਮਾਂ 'ਚ ਦੇਖੀਆਂ ਨੇ ਜਦ ਮੀਂਹ ਪੈ ਜਾਂਦਾ ਸੀ, ਹੁਣ ਮੈਨੂੰ ਲੱਗਦਾ ਅੱਜ ਪੈ ਜਾਣਾ ਚਾਹੀਦਾ। ਹਾਂਜੀ, ਇਹ ਤਾਂ ਰਾਗ ਜੋਗ ਹੈ, ਪਰ ਉਹ ਮੇਘ ਰਾਗ ਹੁੰਦਾ ਜਦੋਂ ਕਹਿੰਦੇ ਗਾਉਂਦੇ ਆ ਤੇ ਮਤਲਬ ਬਾਰਿਸ਼ ਆ ਜਾਂਦੀ ਹੈ। ਅਨਪੜ੍ਹਾਂ ਨੂੰ ਕੀ ਪਤਾ? ਨਹੀਂ ਨਹੀਂ ਜੀ, ਇਹ ਮਤਲਬ ਕਲਾਸੀਕਲ ਤਾਂ ਇਹੋ ਜੀ ਮਤਲਬ ਜਾਣੀ ਕਿ ਜਦੋਂ ਆਪਾਂ ਡੀਪ ਜਾਂਦੇ ਹਾਂ ਕੋਈ ਵੀ ਸਟੱਡੀ ਕਰਦੇ ਹਾਂ, ਡੀਪ ਜਾ ਕੇ ਪਤਾ ਲੱਗਦਾ, ਕੋਈ ਬਾਹਰੋਂ ਤਾਂ ਫਿਰ ਇੱਦਾਂ ਲੱਗਦਾ ਕਿ ਜਿੱਦਾਂ ਹੁਣ ਅੱਜ ਕੱਲ੍ਹ ਚੱਲਦਾ ਕਿ ਚੱਕ ਲਓ ਰੱਖ ਲਓ ਇੱਦਾਂ ਸਿਸਟਮ ਸਿੱਧਾ ਸਿੱਧਾ ਚੱਲਦਾ, ਅਤੇ ਹੁਣ ਜੇ ਆਪਾਂ ਥੋੜ੍ਹਾ ਡੀਪ ਚਲ ਜਾਈਏ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਲੱਭ ਜਾਂਦੀਆਂ ਵਿੱਚੋਂ। ਬੈਨਟ ਆ ਸਟਾਈਲ ਇਹ ਕੁਛ ਕਰਨ ਦੀ ਹੈਗੀ ਹੈ ਕਿ ਜੇ ਆਪਣਾ ਹੈਗਾ ਪਤਾ ਹੈ ਕਿ ਇਹ ਮੇਰੀ ਚਾਲ ਹੈਗੀ, ਇਹੀ ਚਾਲ ਚੱਲ। ਮੈਨੂੰ ਲੱਗਦਾ ਜੀ ਮੈਂ ਟਰਾਈ ਤਾਂ ਕੀਤਾ, ਮੈਂ ਪਹਿਲੇ 2 ਗਾਣੇ ਮੇਰੇ ਇੱਦਾਂ ਦੇ ਸੀ ਹਾਲੇ, ਪਰ ਉਹ ਐਕਚੁਅਲੀ ਕੀ ਹੋ ਜਾਂਦਾ, ਪ੍ਰਭਾਵ ਪੈ ਜਾਂਦਾ ਤੁਹਾਡੇ ਸਾਹਮਣੇ ਤੁਹਾਡੀ ਟੀਮ ਦਾ ਕਿ ਇੱਦਾਂ ਚੱਲ ਰਿਹਾ ਉਸ ਹੈ, ਅਤੇ ਮੈਨੂੰ ਜਿਹੜਾ ਮੇਰਾ ਦਿਲ ਕਰਦਾ ਸੀ ਹਮੇਸ਼ਾ ਕਿ ਮੈਂ ਗਾਇਕੀ ਜਿਹੜੀ ਮੈਂ ਗਾਈ ਆ ਲੋਕਾਂ ਨੇ ਸੁਣਿਆ ਮੈਨੂੰ ਵਧੀਆ ਗਾਇਕੀ ਸੁਣੀ, ਹੈ ਨਾ, ਜਿਵੇਂ ਮਤਲਬ ਸਿੱਖਿਆ ਹੋਏ ਇੱਕ ਬੰਦਾ ਸਿੱਖਿਆ ਹੋਇਆ ਕਲਾਕਾਰ ਗਾਉਂਦਾ ਉਸ ਹਿਸਾਬ ਦੀ ਗਾਇਕੀ, ਔਰ ਜਿਹੜੇ ਦੂਜੇ ਗਾਣੇ ਸੀ ਪਹਿਲੇ ਗਾਣੇ ਸੀ ਉਹ ਮੇਰੇ ਅਰਬਨ ਸੀ ਥੋੜ੍ਹੇ ਜਿਹਾ, ਜਿਹਦੇ ਵਿੱਚ ਡਾਂਸ ਹੋ ਗਿਆ ਜਾਂ ਉਹ ਹੋ ਗਿਆ ਨਾ, ਅਤੇ ਉਹਦਾ ਮੈਨੂੰ ਲੱਗਦਾ ਜ਼ਿਆਦਾ ਇੰਪੈਕਟ ਇਸ ਕਰਕੇ ਨਹੀਂ ਬਣਿਆ ਕਿਉਂਕਿ ਮੇਰੇ ਦਿਲ ਤੋਂ ਨਹੀਂ ਆ ਰਹੇ ਸੀ, ਕਿਤੇ ਨਾ ਕਿਤੇ ਮੇਰੇ ਦਿਲ ਦੇ ਵਿੱਚ ਸੀਗਾ ਕਿ ਮੈਂ ਉਹ ਚੀਜ਼ ਗਾਵਾਂ ਜਿਹੜੀ ਮੇਰੇ ਦਿਲ ਨੂੰ ਛੂਹਦੀ ਹੈ ਜਾਂ ਕੰਪੋਜੀਸ਼ਨ ਉੱਦਾਂ ਦੀ ਹੋਵੇ, ਅਤੇ ਹੁਣ ਜਿਹੜਾ ਅਸੀਂ ਗਾਣਾ ਕਰ ਵੀ ਰਹੇ ਹਾਂ ਉਹਦੀ ਗੱਲ ਕਰਦੇ ਹੈ ਨਾ, ਅਤੇ ਮੈਨੂੰ ਲੱਗਦਾ ਕਿ ਇਹ ਗਾਣਾ ਮੇਰਾ ਬੜਾ ਦਿਲ ਦੇ ਕਰੀਬ ਆ।
ते कंपोजिशन वाइज भी, लिरिक्स वाइज भी, और सारा कुछ म्यूजिक भी बहुत परफेक्ट, मतलब मैं लगता मेरे हिसाब नाल होया, ते बाकी ऑडियंस ते डिपेंड करता कि कितने बोलने हो जाए दो बोल। हाँ जी, जालमावे तू सच्ची किन्ना बदल गया, तू सच्ची किन्ना बदल गया, मैं तेरी की लगदी आवे ए तेनू याद ही नहीं रहिंदा, तेरे ते मेरे विच यारा किन्ना फर्क पै गया है, तेनू मेरे होण या ना होण दा कोई फर्क ही नहीं पैंदा, तेरे ते मेरे विच यारा किन्ना फर्क पै गया है, तेनू मेरे होण या ना होण दा कोई फर्क ही नहीं पैंदा। वाओ, सच्ची वैसे अजकल दी दोस्ती कह ली, अजकल दे रिलेशनशिप दे विच आ रहा जा रहा, मतलब फर्क नहीं पैंदा लोकां नू? बिल्कुल, मतलब इन्नी बिजी लाइफ कर ली लोगों ने, इन्नी फास्ट कर ली कि उन्होंने ये चीज़ का फर्क ही नहीं पैंदा कि कोई एग्जिस्ट कर रहा, मतलब कोई रिलेशनशिप आ, कोई कोई भी फादर मदर आ, उन्होंने ये नहीं लगता कि फोन करना चाहिए। ईवन असी भी, मैंने लगता कि साड़ी जनरेशन, मैं अपनी गल करदा, इन्ना काम दे विच रुझ जाइए, रोटी खाने का नहीं पता लगता है ना। तो बेसिकली ये जिहड़ा मैनू लगता लॉकडाउन परमात्मा वालों तां ही करवाया गया कि लोगों को पता लगे कि असल जिंदगी दे मतलब कि तत् ने, कि मतलब तुसीं अपनी फैमिली नू भुल्ली बैठे हो ना, कम ही नहीं सारा कुछ हुंदा, हर चीज़ दी वैल्यू आ, अगर तुसीं बैलेंस रखते हो लाइफ दे विच तां ही उह मैनू लगता अगे वध सकदे आपां वधिया तरीके नाल। क्योंकि तुसीं तत्तां दी गल कीती, बहुत सारे स्टार्स बनते भी ने ते गुम भी हो जाते हैं, अपने आप नूं कायम रखने वास्ते एक कॉन्सैप्ट ते एक रणनीति तैयार होनी बहुत जरूरी है, क्योंकि बहुत अजिहे गायक भी आए जिन्होंने बहुत ज़्यादा बेहतरीन गीत गाए ने, लेकिन हुण अज उन्हां नूं कोई पुछदा नहीं है। एक जमाना सी, एक दहाका सी गायकां दा जिन्हां नूं आपां पुछदे सन, अज गायब हैगे, पता नहीं कितने ने। ये मैनूं लगता जी दौर आ जी, हर दौर दे विच बंदा जदों टाइम आउंदा कहिंदे उदों मतलब बुलंदियां दे हुंदा, हर सूरज चढ़दा ते मतलब यानी कि छिपदा, यही गल आ कि हर एक दा टाइम आउंदा, ते ओह जदों भी टाइम सांभलिया जांदा, उस तो बाद कई मतलब लोंग टर्म इस करके जांदे ने क्योंकि उन्हां कोल वर्सटाइलिटी हुंदी है, मतलब वधिया तरीके नाल गाने निभाए जांदे ने, है ना। और अज कल कॉम्पीटिशन इन्ना ज़्यादा हो गया कि मैनूं लगदा कि कला नूं थोड़ा जिहा पिछे रख्या गया, कि पहलां सब तो पहलां प्रमोशनां हो गईआं जां इह चीज़ां अग्गे आ गईआं ने, हर डिजिटल प्लेटफॉर्म इन्ने हो गए, मतलब टीवी दे अजकल कोई गाना चलाउंदा नहीं, पहला तो यह होंदा सी कि टीवी दे चलाउणा जां कोई चैनल्स ते आउणा चाहीदा गाना, अजकल तो यूट्यूब ते रहेगा गाना, मिलियनस झट क्रॉस कर जांदा, मैनूं लगदा कि इन्ने तो बंदे नहीं जिहड़े देखदे होणे, उह किवें मिलियनस हो जांदे ने इन्ने, है ना। तो वह चीज़ां आउण लग गईआं ने हुण, तुसीं इन्ना देखो कि एक दिन दे विच घट्टो घट्ट 5-7 गाने रोज़ डिगदे ने, मतलब रोज़ नवें सिंगर बन जाण, ते उह और जिहड़ा जिहड़ा तां पहलां एस्टैबलिश आ ਉਹਦਾ ਗਾਣਾ ਤਾਂ ਅਪੀਲ ਕਰਦਾ ਕਰਦਾ, ਜਿਹੜਾ ਨਵੇਂ ਸਿੰਗਰ ਲਈ ਤਾਂ ਬਹੁਤ ਮਤਲਬ ਇੰਨਾ ਟਫ ਹੋ ਗਿਆ ਕਿ ਤੁਸੀਂ ਆਪਣੀ ਪਛਾਣ ਬਣਾਉਣ ਲਈ ਤੁਹਾਡਾ ਗਾਣਾ ਵੀ ਇੰਨਾ ਹਾਈਪ 'ਤੇ ਆਉਣਾ ਚਾਹੀਦਾ, ਇੰਨੇ ਉਹਦੇ ਵਿਊਜ਼ ਹੋਣੇ ਚਾਹੀਦੇ, ਨੰਬਰਸ ਦੇ ਵਿੱਚ ਚੱਲ ਗਿਆ ਸਾਰਾ, ਔਰ ਮੈਨੂੰ ਲੱਗਦਾ ਆਰਟਿਸਟ ਮਰਦਾ ਹੀ ਇੱਥੋਂ, ਅਗਰ ਤੁਸੀਂ ਦੇਖੋਗੇ ਨਾ, ਅਗਰ ਕਿਸੇ ਦਾ ਗਾਣਾ ਇੱਦਾਂ ਥੋੜ੍ਹਾ ਜਿਹਾ ਵੀਕ ਜਾਂਦਾ, ਉਹਨੂੰ ਇੱਦਾਂ ਲੱਗਦਾ ਕਿ ਮੈਂ ਕਿਵੇਂ ਕੰਪੀਟ ਕਰੂੰਗਾ ਦੂਜੇ ਬੰਦੇ ਨਾਲ, ਹੈ ਨਾ। ਅਤੇ ਆਈ ਥਿੰਕ ਮਿਊਜ਼ਿਕ ਇੰਡਸਟਰੀ ਨੇ ਜਦ ਤੋਂ ਡਿਜੀਟਲ ਮਾਰਕੀਟਿੰਗ ਸ਼ੁਰੂ ਕੀਤੀ ਹੈਗੀ ਹੈ, ਭਾਵੇਂ ਉਹ ਬਾਲੀਵੁੱਡ ਹੋ, ਟਾਲੀਵੁੱਡ ਹੋ, ਕੋਈ ਕਿਸੇ ਸਾਈਡ ਦਾ ਵੀ ਹੋਵੇ, ਜਾਂ ਪੰਜਾਬ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ, ਡਿਜੀਟਲ ਮਾਰਕੀਟਿੰਗ ਜਦ ਤੋਂ ਆਈ ਹੈਗੀ ਹੈ ਇੱਕ ਅਲੱਗ ਤਰ੍ਹਾਂ ਦਾ ਵਰਲਡ ਆ ਗਿਆ, ਜਿਹਨੂੰ ਅਸੀਂ ਕਹਿੰਦੇ ਆਪਾਂ ਨਹੀਂ ਜਾਣਦੇ, ਨਹੀਂ ਪਹਿਚਾਣਦੇ, ਕਿਉਂਕਿ ਜਦ ਤੁਸੀਂ ਕਿਹਾ ਕਿ TRP ਮਿਲੀਅਨ ਵਿਊਜ਼ ਚੱਲ ਜਾਂਦੇ ਨੇ, ਪਤਾ ਨਹੀਂ ਲੱਗਦਾ, ਲੇਕਿਨ ਲੋਕ ਕਿਸ ਧੁਨ ਨੂੰ ਯਾਦ ਰੱਖਦੇ ਨੇ, ਕਿਹੜਾ ਗੀਤ ਦਿਲ ਨੂੰ ਛੂਹ ਕੇ ਜਾਂਦਾ, ਉਹ ਟਿਕਟੋਕਸ ਵੀਡੀਓਜ਼ 'ਤੇ ਨਜ਼ਰ ਆ ਜਾਂਦਾ ਜਾਂ ਫਿਰ ਟ੍ਰੈਂਡਿੰਗ ਆਪਾਂ ਉਸ 'ਤੇ ਨਜ਼ਰ ਆ ਜਾਂਦਾ। ਮੈਨੂੰ ਲੱਗਦਾ ਜੀ ਜਿਹੜਾ ਗਾਣਾ ਤੁਸੀਂ ਰੋਜ਼ਮਰਾ ਜ਼ਿੰਦਗੀ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ, ਤੁਸੀਂ ਅਗਰ 4 ਬੰਦੇ ਬਹਿੰਦੇ ਹੋ ਜਾਂ ਕੋਈ ਬਾਹਰਲੇ ਆਪਣੇ ਸਰਕਲ ਨੂੰ ਛੱਡ ਕੇ ਅਗਰ ਤੁਸੀਂ ਬਾਹਰਲੇ ਸਰਕਲ 'ਚ ਜਾ ਕੇ ਬਹਿੰਦੇ ਹੋ, ਤੁਸੀਂ ਪੁੱਛਦੇ ਹੋ ਕਿ ਕਿਵੇਂ ਯਾਨੀ ਕਿ ਉਹਨਾਂ ਦੇ ਬੋਲਾਂ ਦੇ ਵਿੱਚੋਂ ਹੀ ਗਾਣਾ ਨਿਕਲ ਜਾਂਦਾ, ਅਗਰ ਉਹ ਬੋਲਦੇ ਆ ਜਾਂ ਉੱਥੇ ਆਪਾਂ ਸੁਣ ਲੈਂਦੇ ਹਾਂ ਕਿ ਨਾਲ ਚੱਲਦਾ ਕਿ ਇੱਥੇ ਵੀ ਚੱਲਦਾ, 3-4 ਜਗ੍ਹਾ 'ਤੇ ਚੱਲਦਾ, ਉਸ ਤੋਂ ਪਤਾ ਲੱਗਦਾ। ਅੱਜ ਕੱਲ੍ਹ ਤੁਸੀਂ ਫੋਨ 'ਤੇ ਦੇਖ ਲਓ ਤੁਸੀਂ ਆਪਾਂ ਨੂੰ, ਮੈਨੂੰ ਲੱਗਦਾ ਕਿ ਰੋਜ਼ ਟਿਕਟੋਕ 'ਤੇ ਵੀ ਦੇਖ ਲਓ, ਅੱਜ ਕੱਲ੍ਹ ਤਾਂ ਬੰਦੇ ਹੋ ਗਏ ਪਰ ਮਤਲਬ ਹੁਣ ਰੀਲਸ ਆ ਗਈਆਂ ਨਾ, ਅਤੇ ਹੁਣ ਟ੍ਰੈਂਡ ਇੱਦਾਂ ਰਿਹਾ ਕਿ ਮਤਲਬ ਸਾਨੂੰ ਮੇਰਾ ਪਰਸਨਲੀ ਸੀਗਾ ਕਿ ਮੈਂ ਮਤਲਬ ਰੀਲਸ ਘੱਟ ਬਣਾਉਣੀ ਆ, ਮਤਲਬ ਆਪਣੀ ਜਿਹੜੀ ਰੂਟੀਨ ਆ ਜਾਂ ਮਿਹਨਤ ਆ ਉਹਤੇ ਕਰਨੀ ਆ, ਪਰ ਸਾਨੂੰ ਹੁਣ ਸਾਰੇ ਪਾਸੇ ਕਰਨੇ ਪੈ ਰਹੇ, ਮਤਲਬ 6-7 ਰੀਲਾਂ ਅਗਰ
एक इनफ्लुएंसर पाँगा तो एक आर्टिस्ट एक रील पाँगा तो फिर मतलब वो बहुत डिफरेंस आ जाता क्योंकि इनसाइड्स जोड़े उन्होंने होंगे पिछले वो ये काम करते हैं कि जिनी थोड़ा कॉन्टेंट ज़्यादा होगा तो उन्नी ऑडियंस ज़्यादा होगी तो तुम कंपीट किमें करोगे एक एक तो मतलब जो इंसान है जिन्होंने पता कि मैं सिर्फ रील ही बना एक तो पता कि उन्होंने मतलब जाने के सारा दिन सवेरे उठा उन्हें पता कि सत्त अठ रील ही बनाया एक बंद ने रियाज भी करना काम भी देखना गाँव भी करना वह भी करना है ना ये चीज़ा डिवाइड हो जाए ने अजक फेमस होना ईजी हो गया पर मतलब मेनटेन रखना बहुत औखा मैं इदा लगता ही तो देख सकते हो कि मैं रील्स तो नहीं है नहीं नहीं इदा मतलब हर चीज़ मेनटेन रखनी जरूरी है बैलेंस बहुत जरूरी है लाइफ के इन्ने चिर बाद मिले ने की लगता कि तब्दीली दे है इंसान के आनी चाहिए तो मेरे विचकार आई तब्दीली तब्दीली यह होनी चाहिए है कि जी अपना पहला तो मैं जेडे अपनी चेंज की मैं लगता मैं दो तीन साल तो लेट ही उठता सी मैं बहुत लेट उठाया मैं बारह एक बजे उठते होंगे जी रात में कोई कोई काम करी जाना पहली तब्दीली वह की मैं सवेरे हूँ उठदा मतलब छे साढ़े छे सत्त मतलब इतने तक उठ जाइए हूँ क्योंकि मेन फैक्ट तो ये मैं हूँ डेढ़ दो महीने तो मतलब लगातार ही इदा हो रहा कि उठ रहा मैं वो चीज़ जी पॉजिटिविटी जी सवेरे उठ के आँदी है जहाँ आप उठते हाँ सूरज चढ़ता देखते हैं वो सियाणा की गल सही है कि जो आप सूरज तो पहले उठते हैं ना वो अद्धे काम अपने उद्दे दिमाग आ जाते आप भी करना आ भी करना बारह बजे उठा तो पहला मैंने यही नहीं पता लगता ब्रेकफास्ट करिए लंच करिए सच्ची गल सानू पता ही नहीं लगता मतलब मैं परसनली वो एक डिप्रैशन वाला जोन जान लग जाता हौली हौली बारह एक दो भी बज जाते कई वेले जो ज़्यादा नींद आई हो सारी रात काम कर लिया जो जो तुम कोई क्रिएटिविटी वाला काम करके सुते होंगे जो फिर तो लेट उठ के फिर तो कोई चलता अगर तुम फ्री माइंड या कोई मूवी देख के लेट सौ गए क्योंकि ऑलरेडी थोड़ी रूटीन उदा की बनी होनी तुम रात को जो काम नहीं किया घट्टो घट वैसे ही स्पेंड कर ली नाइट एवं मतलब कुछ पढ़ लिया ज मतलब ज कुछ देख लिया मूवीज़ देख लिया नैटफ्लिक्स चलता अजकल बहुत वो देख लग गए तो फिर वो दूजे दिन सानू रिग्रेट ही आता रहना कि यार सौ जाना ही मतलब सवेरे उठना ही है ना हालांकि भावे कुछ ना करना हो सवेरे सवेरे उठ के एक ताजगी आ जाती मैं इदा लगता इतना वाला लैसन सवेर उठन वास्ते जो मिले है ये बात तो मैं लगता मैंने सवेर उठ ही जाना चाहिए पर होर की तब्दीली होनी चाहिए होर लाइफ के कोई ना कोई जी चीज़ जरूर करो जो सू नहीं आता मतलब है ना कोई क्रिएटिविटी ले जिदा कोई आर्ट हो गया उन्होंने सीखने की जरूर जरूर बस इन्होंने आर्ट की गल करती मैं गाना सिखाओ गाना तो हाल मतलब मैं तो आप नहीं कर पा रहा जी पूरा मतलब गाना सीखना तो बहुत कहते होंगे ना दूर की गल गाना तो पहले ही कहते गाना दूर पहली बार किसी गायक ने पंजाबी इंडस्ट्री के गायक ने मैं मना किया कि गा ना तो हूँ मैं गाना नहीं है मैंने कह देना कि मैं बैनर दसांज ने मना किया गाना गाना ना नहीं वैसे तो मतलब पंजाबियों के कहते सुभा ही होंगे जी गाना बंदा बाथरूम गाने लगा उदों ही गाने लग जाता जिसे मतलब दिल च है वो तो गाना मतलब अपने आता है कि दिल च इस वेले मेरे वास्ते की गीत आ रहा चलो मैं साढ़े ना कर दिल दियां गल्लां करांगे नाल नाल बह के अख नाले अख नू मिला के दिल दियां गल्लां करांगे रोज रोज बह के सच्चियां मोहब्बतां निभा के एक्चुअली इन्होंने ना कवर सॉन्ग गाया से मैं स्पैशली इन्हों तो किया मैंने भेज दो तो इन्होंने गाता इस वास्ते मैं हूँ ज़्यादा वो हो गया कि बैनेट दोसांझ जो करता है वो दिखाता भी है तो अंदरों भी है तो हूँ ज़्यादा मेरे से एक पावर आ गई लेकिन दोसांझ आने वाले दिनों के विचकार क्योंकि एक पासे करोना चल रहा म्यूजिक तो फिर भी फिलहाल तुम कर रहे हो लेकिन की होर की प्लान्स पहला तो जी मैं ये दसना चाहूँगा दो साल बहुत औखे गुजरे मैं एक कॉन्ट्रैक्ट दे सी ते उन्होंने चलो डील्स होंदियां हर लैनी देनी मतलब कह सकते ना जो आर्टिस्ट नूं बाउंड कर देता उहदा आर्ट आर्ट बाउंड हो जाता बाउंडेशन बहुत गंदी चीज़ भी और चंगी चीज़ भी अगर थोड़े नाल सही कंपनी बैठ जाए है ना तो वह बहुत गंदा फेस किया तो उस तो बाद कोई कुछ हो नहीं सकता उन्होंने फाइनैशियल क्राइसिस की मैं उन्होंने भी वह नहीं दिता कोई मतलब नैगेटिविटी नहीं कि उन्होंने कुछ आ कर दिता उन्होंने आ करना चाहिए सी ये हालात इदा के पैदा हो जाते किस्मत रख लो पर बहुत कुछ सीखे तो हूँ
ਬਿਲਕੁਲ ਪੋਜ਼ਿਟਿਵ ਆ, ਸ਼ਾਰਟ ਆ ਸਾਰਾ ਕੁਛ, ਤੇ ਆ ਗਾਣਾ ਆਪਣਾ ਆ ਰਿਹਾ ਜੀ ਕੱਲ ਨੂੰ। ਤੇ ਬੌਂਡ ਸਾਈਨ ਕਰਦੇ ਆਪਾਂ ਗਾਇਕ ਕਈ ਵਾਰੀ ਸਾਈਨ ਕਰ ਲੈਂਦੇ, ਜਿਵੇਂ ਤੁਸੀਂ ਹੁਣ ਤਾਂ ਤੁਸੀਂ ਟੀਵੀ ਦੇ ਸੁਪਰ ਸਟਾਰ ਸੀ, ਉਹ ਤਾਂ ਓਬਵੀਅਸ ਸੀਗਾ ਤੁਹਾਡਾ ਬੌਂਡ ਸਾਈਨ ਹੋਣਾ ਹੀ ਹੋਣਾ। ਤੁਸੀਂ ਐਮ ਫਿਲ ਵੀ ਕਰ ਰਹੇ ਸਨ, ਤੁਸੀਂ ਉਹ ਵੀ ਵਿਚਕਾਰ ਛੱਡਤੀ, ਲੇਕਿਨ ਜੇ ਪੈਸੇ ਮਿਲੇ ਉਹਦੇ ਬਾਵਜੂਦ ਤੁਸੀਂ ਬੌਂਡ ਦੇ ਵਿੱਚ ਸੀਗੇ, ਤੁਸੀਂ ਅੱਗੇ ਵੱਧ ਨਹੀਂ ਪਾਏ, ਸ਼ਾਇਦ ਉਹ ਬੌਂਡ ਹੀ ਸੀਗਾ। ਮੇਨ ਗੱਲ ਐਗਰੀਮੈਂਟ ਹੀ ਹੁੰਦਾ ਜੀ, ਜਦੋਂ ਤੁਸੀਂ ਇਹ ਨਾ ਬਾਊਂਡੇਸ਼ਨ ਚਲ ਜਾਂਦੇ ਹੋ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਕੰਪਨੀ 'ਤੇ ਡਿਪੈਂਡ ਹੋ ਜਾਂਦੀਆਂ ਨੇ। ਗਾਣਾ ਦੀ ਸਿਲੈਕਸ਼ਨ ਤੁਹਾਡੇ ਚਾਰ ਹੈੱਡ ਉੱਤੇ ਹੁੰਦੇ ਨੇ, ਤੁਸੀਂ ਇੱਕ ਗਾਣੇ ਇੱਕ ਜਾਣੇ ਨੂੰ ਪਸੰਦ ਆਉਂਦਾ, ਦੂਜੇ ਜਾਣੇ ਨੂੰ ਪਸੰਦ ਨਹੀਂ ਆਉਂਦਾ ਗਾਣਾ, ਅਤੇ ਇਹ ਚੀਜ਼ਾਂ ਬਹੁਤ ਸਾਰੀਆਂ ਫੇਸ ਕਰਨੀਆਂ ਪੈਂਦੀਆਂ ਨੇ। ਔਰ ਕਈ ਵੇਲੇ ਟਿਊਨਿੰਗ ਨਹੀਂ ਸੈੱਟ ਬਹਿੰਦੀ, ਜਾਂ ਉਹ ਆਪਣੇ ਹਿਸਾਬ ਨਾਲ ਚੱਲਦੇ ਨੇ। ਹੁਣ ਮੈਂ ਪੰਜਾਬ, ਮੈਨੂੰ ਪਤਾ ਮੈਂ ਪੰਜਾਬੀਆਂ ਦਿਲਾਂ ਵਿੱਚ ਵੱਸਦੇ ਹਾਂ ਨਾ, ਅਤੇ ਉਹ ਜੇ ਹੁਣ ਮੇਰੀ ਕੰਪਨੀ ਉੱਧਰਲੀ ਸੀਗੀ ਬੰਬੇ ਸਾਈਡ ਦੀ, ਅਤੇ ਉਹਨਾਂ ਨੂੰ ਲੱਗਦਾ ਸੀ ਆਪਾਂ ਨੈਸ਼ਨਲ ਵਾਈਜ਼ ਕਰਨਾ ਕੰਮ, ਅਤੇ ਉਹ ਪੰਜਾਬੀਆਂ ਨੂੰ ਇਹ ਹੁੰਦਾ ਕਿ ਪੰਜਾਬ ਤੋਂ ਗਿਆ ਤਾਂ ਪੰਜਾਬ ਦਾ ਕੁਛ ਕਰੇ, ਹੈ ਨਾ। ਅਤੇ ਇਹ ਚੀਜ਼ ਬਹੁਤ ਸਾਰੀਆਂ ਟਿਊਨ ਬਿਠਾਉਣ ਲਈ ਬਹੁਤ ਟਾਈਮ ਲੱਗ ਜਾਂਦਾ। ਔਰ ਉਹਨਾਂ ਨੇ ਦਿਲਜੀਤ ਜੀ ਨੇ ਤੁਹਾਡੀ ਹੈਲਪ ਨਹੀਂ ਕੀਤੀ, ਉਹਨਾਂ ਨੇ ਦੱਸਿਆ ਕੀ ਕਰਨਾ ਚਾਹੀਦਾ ਮੈਨੇਜ ਅਤੇ ਕੀ ਨਹੀਂ? ਦਿਲਜੀਤ ਭਾਅ ਜੀ ਦਾ ਮਤਲਬ ਜਾਣੀ ਹੁਣ ਹਰ ਬੰਦਾ ਜੀ ਆਪਣੀ ਲਾਈਫ ਦੇ, ਮੈਨੂੰ ਲੱਗਦਾ ਕਿ ਜਿਹੜਾ ਪ੍ਰੋਫੈਸ਼ਨਲ ਲਾਈਫ ਉਹ ਇੰਨੀ ਬਿਜ਼ੀ ਹੁੰਦੀ ਹੈ, ਉਹ ਆਪਣੇ ਆਪ 'ਤੇ ਵੀ ਵਰਕ ਮਤਲਬ ਮੈਨੂੰ ਲੱਗਦਾ ਕਿ ਹਾਂ ਸਾਡੀ ਗੱਲ ਹੋਈ ਆ। ਮੈਂ ਦੋ ਵਾਰੀ ਗੈਸਟ ਵੀ ਬਣ ਗਈ ਹਾਂ ਰਾਈਜ਼ਿੰਗ ਸਟਾਰ 'ਤੇ, ਭਾਅ ਜੀ ਨੇ ਵੀ ਪੁੱਛਿਆ ਕਿ ਕਿੱਦਾਂ ਚੱਲਦਾ, ਪਰ ਉਹ ਉਸ ਟਾਈਮ ਉਹਨਾਂ ਨਾਲ ਤਾਂ ਕੋਈ ਇੱਦਾਂ ਦਾ ਹੈ ਨਹੀਂ ਸੀਗਾ, ਪਰ ਐਗਰੀਮੈਂਟ ਤਾਂ ਕਿਸੇ ਕੰਪਨੀ ਨਾਲ ਸੀ ਨਾ, ਉਹ ਪਹਿਲਾਂ ਕਲੀਅਰ ਕਰਨਾ ਪੈਣਾ ਸੀ ਐਗਰੀਮੈਂਟ ਹੀ ਕਲੀਅਰ, ਕਿਉਂਕਿ ਐਗਰੀਮੈਂਟ ਇੱਦਾਂ ਦੀਆਂ ਟਰਮਸ ਐਂਡ ਕੰਡੀਸ਼ਨ ਹੁੰਦੀਆਂ, ਮੈਂ 32 ਪੇਜਾਂ ਦਾ ਮਤਲਬ ਟਰਮਸ ਐਂਡ ਕੰਡੀਸ਼ਨ ਹੁੰਦੀਆਂ, ਜਿਹਦੇ ਵਿੱਚ 2 ਕਰੋੜ ਦਾ ਜੁਰਮਾਨਾ ਹੀ ਹੁੰਦਾ ਕਿ ਤੁਸੀਂ ਕੁਛ ਪੋਸਟ ਵੀ ਗਲਤ ਪਾਉਂਦੇ ਹੋ, ਅਤੇ ਇੱਦਾਂ ਦਾ ਸੀਨ ਹੁੰਦਾ, ਬਹੁਤ ਮਤਲਬ ਡਿਸਟਰਬਿੰਗ ਹੁੰਦਾ ਕਈ ਵੇਲੇ, ਹੈ ਨਾ। ਅਤੇ ਇਹ ਚੀਜ਼ਾਂ ਫੇਸ ਕੀਤੀਆਂ, ਪਰ ਲੋਕਡਾਊਨ ਇੰਨੀ ਸਾਰੀ ਚੀਜ਼ਾਂ, ਅਤੇ ਫਿਰ ਹਾਊ ਟੂ ਰਿਮੇਨ ਪੋਜ਼ਿਟਿਵ, ਕੀ ਸੀ ਅਜਿਹਾ ਬੈਨਟ ਦੋਸਾਂਝ ਨੂੰ ਪੋਜ਼ਿਟਿਵ ਵੀ ਕਰਕੇ ਰਹਿ ਕੇ ਗਿਆ, ਅਤੇ ਇੱਕ ਵੀ ਕਰਕੇ ਕਹਿ ਗਏ ਕਿ ਬੈਨਟ ਅਜਿਹਾ ਕੁਛ ਨਹੀਂ ਕਰਨਾ ਕਿ ਆਪਣਾ ਫਿਊਚਰ ਖਰਾਬ ਹੋ ਜਾਏ ਜਾਂ ਕੰਟਰੋਵਰਸੀਜ਼ ਦੇ ਵਿਚਕਾਰ ਮੈਂ ਆ? ਇਹ 2 ਚੀਜ਼ਾਂ ਹੀ ਹੁੰਦੀਆਂ ਨੇ, ਜੇ ਤੁਸੀਂ ਬੋਲਦੇ ਹੋ ਤਾਂ ਤੁਹਾਨੂੰ ਹੋਰ ਜਿਹੜੀ ਕੰਪਨੀਜ਼ ਹੁੰਦੀਆਂ ਉਹ ਕਹਿੰਦੇ ਆ ਕਿ ਮਤਲਬ ਅਸੀਂ ਇਹਨਾਂ ਕੰਮ ਨਹੀਂ ਕਰਨਾ, ਇਹ ਬਦਨਾਮ ਕਰਦਾ ਜਾਂ ਕੋਈ ਸਿਸਟਮ ਇੱਦਾਂ ਦਾ, ਹੈ ਨਾ। ਪਰ ਮੈਨੂੰ ਇਹਦਾ ਲੱਗਦਾ ਕਿ ਦੋਨਾਂ ਵਿੱਚ ਬੰਦਾ ਇੱਦਾਂ ਫਸ ਜਾਂਦਾ ਕਿ ਕਿਉਂਕਿ ਇੰਨੀ ਸਪੋਰਟ ਹੁੰਦੀ ਨਹੀਂ ਕਿਸੇ ਦੀ, ਜਾਂ ਤਾਂ ਤੁਹਾਡਾ ਮਤਲਬ ਬੈਕਬੋਨ ਇੰਨੀ ਤਗੜੀ ਹੋਵੇ ਕਿ ਤੁਸੀਂ ਪੰਗਾ ਲੈ ਲਓ, ਜੇ ਕੇਸ ਕਰਦੇ ਹੋ ਤਾਂ ਕੇਸ ਜਦ ਤੱਕ ਸੋਲਟ ਨਹੀਂ ਹੁੰਦਾ ਉਦ ਤੱਕ ਤੁਹਾਡਾ ਕੋਈ ਗਾਣਾ ਨਹੀਂ ਆਉਣਾ। ਪਹਿਲਾਂ ਤਾਂ ਇਹੀ ਡਰਦਾ ਰਹਿੰਦਾ ਬੰਦਾ, ਹੁਣ 5 ਸਾਲ ਦਾ ਸਾਡਾ ਐਗਰੀਮੈਂਟ ਸੀ, ਉਹਦੇ ਵਿੱਚ ਮਤਲਬ 2-3 ਸਾਲ ਇੱਦਾਂ ਹੀ ਖਰਾਬ ਹੋ ਗਏ ਬਿਨਾਂ ਫਾਲਤੂ 'ਚ, ਮਤਲਬ ਜਾਣੀ ਕੋਈ ਪੀਕ ਟਾਈਮ ਜਿਹੜਾ ਰਾਈਜ਼ਿੰਗ ਸਟਾਰ ਦਾ ਸੀ ਉਹ ਮੈਨੂੰ ਲੱਗਦਾ ਕਿ ਇਸ ਚੱਕਰ 'ਚ ਖਤਮ ਹੋ ਗਿਆ ਨਾ। ਅਤੇ ਹੁਣ ਗਾਣਾ ਲੈ ਕੇ ਆ ਰਹੇ ਹਾਂ, ਹੋਪਫੁਲੀ ਸਾਰਾ ਕੁਛ ਸ਼ੋਰਟ ਆ, ਐਗਰੀਮੈਂਟ ਖਤਮ ਹੋ ਗਿਆ, ਸਾਰਾ ਕੁਛ ਵਧੀਆ ਹੋ ਗਿਆ, ਅਤੇ ਬਾਬੇ ਦਾ ਸ਼ੁਕਰ ਆ। ਮਤਲਬ ਮੈਂ ਤਾਂ ਇਹੀ ਕਹੂੰਗਾ ਕਿ ਕਿਸੇ ਲਈ ਕੋਈ ਬਦਦੁਆ ਨਹੀਂ, ਪਰ ਜਿੰਨਾ ਕੀ ਕਹਿੰਦੇ ਹੁੰਦੇ ਨਾ, ਜਿਹੜਾ ਮਾੜਾ ਟਾਈਮ ਤੁਹਾਨੂੰ ਸਿਖਾਉਂਦਾ ਹੀ ਆ, ਬਹੁਤ ਕੁਛ ਸਿੱਖਿਆ, ਅਤੇ ਅੱਗੇ ਜਾ ਕੇ ਹੁਣ ਵਧੀਆ ਕਰਾਂਗੇ ਜੀ ਬਸ। ਕਹਿੰਦੇ ਰੱਬ ਦੀ ਰਜ਼ਾ ਦੇ ਵਿੱਚ ਸਭ ਰਾਜ਼ੀ ਹੁੰਦੇ ਨੇ, ਲੇਕਿਨ ਕਈ ਵਾਰ ਰੱਬ ਜਿਹੇ ਸਾਨੂੰ ਜਾਣ ਕੇ ਅਜਿਹੇ ਔਖੇ ਟਾਈਮ ਦੇ ਵਿੱਚ ਪਾਉਂਦਾ ਤਾਂ ਜੋ ਅਸੀਂ ਸਮਝ ਸਕੀਏ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ ਅਤੇ ਆਪਾਂ ਕਿਵੇਂ ਤੁਰਨਾ ਹੈ। ਹੁਣ ਬੈਨ ਦੋਸਾਂਝ ਕਹਿੰਦੇ ਕਿ ਮੈਨੂੰ ਤੁਰਨਾ ਆ ਗਿਆ ਨਾ, ਗੀਤ ਆ ਰਿਹਾ ਫਰਕ ਨਹੀਂ ਪੈਂਦਾ, ਪਰ ਜਾ ਕੇ ਤੁਸੀਂ ਜ਼ਰੂਰ ਲਾਈਕ ਕਰਨਾ। ਅਤੇ ਇੱਕ ਹੋਰ ਗੱਲ ਦੱਸਦਾ ਕਿ ਆਪਾਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਨੈਗੇਟਿਵ ਹੁੰਦੇ, ਸਾਡੇ ਆਲੇ ਦੁਆਲੇ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜੇ ਸਾਡੀ ਲੱਤਾਂ ਖਿੱਚਦੇ ਰਹਿੰਦੇ ਨੇ, ਉਹ ਤਾਂ ਜੋ ਅਸੀਂ ਅੱਗੇ ਨਾ ਜਾ ਪਾਈਏ, ਉਹ ਤੁਹਾਨੂੰ ਬਹੁਤ ਤਰ੍ਹਾਂ ਦੇ ਪ੍ਰੈਸ਼ਰ ਵੀ ਪਾਉਂਦੇ ਰਹਿੰਦੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਪ੍ਰੈਸ਼ਰ ਨੂੰ ਚੱਲਦੇ ਕਿਵੇਂ ਹੋ, ਤੁਸੀਂ ਪੋਜ਼ਿਟਿਵ ਅੰਦਰ ਕਿਵੇਂ ਰਹਿੰਦੇ ਹੋ। ਕਹਿੰਦੇ ਇੱਕ ਪਰਮਾਤਮਾ ਹੈ ਜੇ ਸਭ ਸੁਣਦਾ ਹੈਗਾ, ਉਹਦੀ ਰਜ਼ਾ ਉਹਦੀ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਕੈਮਰਾਮੈਨ ਦਵਿੰਦਰ ਦੇ ਨਾਲ ਨੀਰੂ ਬਿਜਲਵਾਨ, ਫੈਕਟ ਨਿਊਜ਼। ਸਤਿ ਸ਼੍ਰੀ ਅਕਾਲ, ਮੈਂ ਹਾਂ ਨੀਰੂ ਬਾਜਵਾ ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫੈਕਟ ਨਿਊਜ਼। ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਦੇਖਦੇ ਰਹੋ ਫੈਕਟ ਨਿਊਜ਼।